दोस्तों कहानी के पंजवें भाग में तुसीं देखिया पाला दूसर दी सामली कबूतर मोहणे बाई नूं दे जांदा है ते पाला उस कबूतर नाल बाजी जित जांदा है। बाजी जित के जीते हुणा अगे राजा ते पाला भंगड़े पाउंदे हन। आजो देखिए उस तों अगले दिन दी कहानी। चंगा बिंदरा कर लियो पर हल है। हां जी हां जी कर दे छेती हल। चल ठीक आ टेंशन नहीं पा गया तो। और भाई कौन घरे आ? ਬੰਕਾ ਨਾ ਹੋਵੇ।
ਮੋੜ ਤੋਂ 15 ਹੁਣ ਕਦੋਂ ਮੋੜਨਾ ਹੌਲੀ ਹੌਲੀ ਯਾਰ ਚੱਲੀ ਜਾਂਦਾ ਮੁੜ ਜੂਗਾ ਥੋੜੇ ਘੜੇ ਮੋੜ ਦੋ ਨਾਲੇ ਅਗਲੇ ਨੂੰ ਹੁੰਦਾ ਚੱਲ ਮੋੜ ਗਿਆ ਯਾਰ ਦੋ ਮਹੀਨਾ ਫਿਰ ਥੋੜੇ ਮੋੜ ਦਾਂਗੇ ਹਨਾ ਉਹ ਅਜੇ ਰਾਤ ਵਾਲੇ ਦੇਣੇ ਆ ਬਾਈ ਨੂੰ ਪੈਸੇ ਚੱਕ ਫੜਾਏ ਨੇ ਬਾਈ ਨੇ ਤਾਂ ਫੜਾ ਦੇ ਨਾਲੇ ਬਾਈ ਨੂੰ ਪੂਰਾ ਹੌਸਲਾ ਹੋ ਜੂਗੀ ਕੌਸਤਾ ਆਇਆ ਯਾਰ ਹਾਂ ਉਹ ਟੈਨਸ਼ਨ ਪਿਆ ਪਿਆ ਵਿਚਾਰਾ ਉੱਥੇ ਚੱਲ ਮੂਹਰੇ ਚੱਲੀਏ ਫਿਰ ਚੱਲ ਆਇਆ ਉੱਥੇ ਚੱਲ ਗਿਆ ਯਾਰ तू कदम आया बोले ना क्या भाई बुला के बोलिया यार तू पता नहीं लगे यार छेती हल करो काफी खड़ा वा ब्याज ही दे दिए ब्याज तो मुड़ा जाए गलत जगह लैके बैठे और चार पैसे आ जाने जटा को महंगे भी नहीं मिलते की गाह कि लगता चलो वधिया खाउण लई रब ने तेरी भी बालिया कर दे पिंड चल कोई ना मैं जाके माड़ा बैंक आपके कबूतर पत्र सामो चल ठीक है मैं जाके हूनी जाए गोल्डी नू कर दे फोन पर किता ही तू फोन चल आउंदा ही होना फिर तो बाद पबजी पुबजी जी घट खेडा कर पबजी गेमा खेलना जल्दी गेमा खेली जाता रहना फोन से सारी दिहाड़ी तू बड़ा राजी हो गया राजी भी रहा बदने राजा
ਮਾੜੀ ਤੂੰ ਗੱਲ ਕਰ ਮੈਂ ਗੱਲ ਕਰੂੰਗੀ ਹੋਰ ਵਟਸਐਪ ਕਰਦਾ ਬਲਾਈਏ ਕਿਤੇ ਸ਼ਾਮ ਨੂੰ ਮੋਟਰ ਮੋਟਰ ਤੇ ਆਏ ਆ ਨਾ ਜਾਲ ਸੱਟਣਾ ਪੈਣਾ ਜਾਲ ਸਿੱਟੇ ਬਣਾਉਣੀ ਮੱਛੀ ਯਾਰ ਨਾਲੇ ਕਿੰਨੇ ਦਿਨ ਅੱਜ ਯਾਰੀ ਯਾਰੀ ਕਰਦਾ ਕੱਲ ਨੂੰ ਘਰੇ ਤਾਂ ਫੇਰ ਲੋੜ ਆ ਪੈਸਿਆਂ ਦੀ ਇਹਨਾਂ ਦੇ ਉਹ ਕੰਮ ਕੋਈ ਕਰਦਾ ਨਹੀਂ ਗਰੀਬ ਬੰਦਾ ਹੈਗਾ ਕਿੱਥੋਂ ਤਾਂ ਆਉਣਾ ਹੀ ਆ ਜੜ ਥੱਲੇ ਆਪਣੇ ਅੱਜ ਨਹੀਂ ਤਾਂ ਫੇਰ ਟੁੱਟੂ ਟੁੱਟਦਾ ਬੰਦਾ ਜਾਂਦਾ ਹੀ ਆ ਯਾਰ ਟੁੱਟ ਤਾਂ ਜਾਂਦਾ ਹੀ ਪਹਿਲਾਂ ਕੀ ਨਹੀਂ ਕਰਾਉਂਦਾ ਕਰਾਊਗਾ ਕਰਾਂਗੇ ਕੋਈ ਨਾ ਕੋਈ ਨਾ ਹੱਲ ਤਾਂ ਪਾਲੇ ਦੇ ਪੈਸੇ ਤਾਂ ਲਾਲਚ ਦਿੰਦੇ ਆ ਫਿਰ ਉਹ ਹੈ ਨਾ ਆਪਾਂ ਉਹਦੀ ਆਫਰ ਦਵੋ ਕਦੇ ਨਾ ਕਦੇ ਤਾਂ ਮੰਨੂਗਾ ਮੰਨੂਗਾ ਪੱਕਾ ਪਤਾ ਤੈਨੂੰ ਮੰਨੂਗਾ ਮੰਨੂ ਸਾਰਾ ਯਾਰੀਆਂ ਯੂਰੀਆਂ ਆਈ ਹੁੰਦੀਆਂ ਪੈਸਾ ਯਾਰ ਸਭ ਕੁਛ ਅੱਜ ਕੱਲ੍ਹ ਚੱਲ ਘਰ ਨਾ ਚੰਗ ਘਰੇ ਹਾਲਾਤ ਨਾ ਚੰਗੇ ਹੋਣ ਫਿਰ ਪੈਸਾ ਬਹੁਤ ਕੁਛ ਕਰਾ ਦਿੰਦਾ ਯਾਰ 2.5 ਲੱਖ 'ਚ ਕੁਝ ਵੀ ਨਹੀਂ ਦਿੱਤਾ ਉਹਦਾ ਕਹਿੰਦਾ ਯਾਰ ਬਸ ਆਪਦੀ ਲਿਮਟ ਲੁਮਟ ਮੋੜ ਲਈ ਹੋਣੀ ਉਹਨਾਂ ਨੇ ਆਪਦੇ ਵਿਆਜ ਬੜੇ ਖੜੇ ਉਹਨਾਂ ਦੇ ਯਾਰ ਉਹਨਾਂ ਨੇ ਕੀ ਦੇਣਾ ਫਿਰ ਤਾਂ ਕੀ ਪੱਲੇ ਆ ਇਹਦੇ ਯਾਰ ਐਵੇਂ ਕੱਟੇ ਆਪਣੇ ਨਾਲ ਰਹੂਗਾ ਨਾਲੇ ਖਾਊ ਪੀਊਗਾ ਹੋਰ ਕੀ ਨਾਲੇ ਰੋਜ਼ ਮਰਦਾ ਬੱਕਰਾ ਹੌਲੀ ਕਰਨਾ ਆਪਾਂ ਕੁਛ ਨਹੀਂ ਰਾਜੇ ਨੂੰ ਬਸ ਤੂੰ ਆਪਣੇ ਟੱਚ 'ਚ ਰੱਖ ਹੁਣ ਤਾਂ ਟੱਚ 'ਚ ਰੱਖਦਾ ਅਤੇ ਨਾਲੇ ਫਿਰ ਐਂ ਕਰਦੇ ਹਾਂ ਘੱਲ ਗਣਾ ਬਾਜੀ ਵੀ ਆ ਘੱਲ ਗਣਾ ਬਾਜੀ 'ਤੇ ਚੱਲ ਆਪਾਂ ਪਾਠੀ ਲੈਣਾ ਆਪਣਾ ਹੈਗਾ ਯਾਰ ਇੱਕ ਉਹਦਾ ਕਬੂਤਰ ਆ ਮੱਖਣ ਅੱਛਾ ਉਹ ਛੱਡੀਏ ਫਿਰ ਐਤਕੀ ਆਸਤਨ ਗੱਲ ਕਰ ਲਈ ਚੱਲ ਮੈਂ ਗੱਲ ਕਰੂ ਫਿਰ ਮੈਂ ਜਾਣਾ ਯਾਰ ਨਹੀਂ ਵੀ ਠੀਕ ਆ ਐਂ ਤਾਂ ਕਬੂਤਰ ਹੈ ਨਾ ਇਹਨੂੰ ਬਸ ਤੂੰ ਇਹਨੂੰ ਟੱਚ 'ਚ ਰਹਿਣਾ ਬੰਦੇ ਦੇ ਆ ਜਾਣੇ ਨੇ ਗੇਟ ਥੱਲੇ ਆਪਣੇ ਚੱਲ ਠੀਕ ਆ ਆਹ ਮੈਨੂੰ ਕੰਮ ਆ ਯਾਰ ਮੈਂ ਵੀ ਜਾ ਆਵਾਂ ਚੱਲ ਠੀਕ ਆ ਬਾਈ
ਕਹਿੰਦਾ ਮਿਹਨਤ ਕਰਕੇ ਬਣਦੀਆਂ ਨਸਲਾਂ ਫਿਰ ਬਣਦਾ ਜਾ ਕੇ ਨਾਮ ਜਿਹਨੂੰ ਸ਼ੌਂਕ ਕਬੂਤਰਾਂ ਦਾ ਉਹ ਬੰਦਾ ਨਹੀਂ ਕਰਦਾ ਆਰਾਮ ਬੜੇ ਧੱਕੇ ਖਾਣੇ ਪੈਂਦੇ ਫਿਰ ਜਾ ਕੇ ਚੰਗੇ ਖਿਡਾਰੀ ਬਣਦੇ ਨੇ ਬਾਕੀ ਤਾਂ ਬਈ ਕਿਸਮਤ ਉੱਡਦੀ ਕਈ ਬਿਨਾਂ ਗੱਲੋਂ ਹੀ ਛਾਤੀਆਂ ਤੰਗਦੇ ਨੇ ਬਦਾਮਾਂ ਦਾ ਭਾਅ ਨਹੀਂ ਪੁੱਛੀਦਾ ਜਦੋਂ ਬਾਜ਼ੀਆਂ ਛੱਡਣੀਆਂ ਹੋਣ ਉਸਤਾਦਾਂ ਦਾ ਹਰਾਮ ਨਹੀਂ ਕਰੀਦਾ ਕਦੇ ਨਾਲ ਖਾ ਕੇ ਲੂਣ ਇਹ ਕਬੂਤਰਾਂ ਦਾ ਸ਼ੌਂਕ ਬੰਦੇ ਨੂੰ ਦੁਨੀਆਦਾਰੀ ਸਿਖਾ ਜਾਂਦਾ ਜਿਹੜੇ ਬਾਹਲੀ ਹਵਾ 'ਚ ਉੱਡਦੇ ਉਹਨਾਂ ਦੀ ਰੱਬ ਅਕਾਦ ਦਿਖਾ ਜਾਂਦਾ ਬਾਜ਼ੀਆਂ 'ਤੇ ਪਿਆਰ ਬਣਾਇਆ ਜਾਂਦਾ ਇੱਕ ਦੂਜੇ ਖਿਲਾਫ ਪੋਸਟਾਂ ਪਾ ਕੇ ਨਹੀਂ ਦਿਲ ਤੋਂ ਸ਼ੌਂਕ ਪਗਾਇਆ ਜਾਂਦਾ ਕਬੂਤਰ ਸੇਲ 'ਤੇ ਲਾ ਕੇ ਸਤਿ ਸ਼੍ਰੀ ਜੀ ਸਾਰਿਆਂ ਨੂੰ ਜਿੱਦਾਂ ਤੁਸੀਂ ਸਾਡੀ ਕਬੂਤਰਬਾਜ਼ੀ ਦੀਆਂ ਪਹਿਲੀ ਵੀਡੀਓ ਨੂੰ ਪਿਆਰ ਦਿੱਤਾ ਮੈਂ ਉਮੀਦ ਕਰਦਾ ਵੀ ਤੁਸੀਂ ਪਾਕ ਸ਼ੇਹ ਨੂੰ ਵੀ ਉਨਾ ਪਿਆਰ ਦਿਉਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਆਪਣੇ ਰਿਵਿਊ ਦੱਸਿਓ ਅਤੇ ਹਾਂ ਵੀਰੇ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਣ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਜ਼ਰੂਰ ਪ੍ਰੈੱਸ ਕਰ ਲਿਓ ਅਤੇ ਤਦ ਤੱਕ ਲਈ ਦੋ ਇਜਾਜ਼ਤ।